ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਕਿੱਦਾਂ ਠੀਕ ਹੋ ਸਾਰੇ? ਇੱਥੇ ਆ ਕੇ ਤੁਹਾਡੇ ਫਿਰ ਤੁਹਾਨੂੰ ਵੀਡੀਓ ਲੈ ਕੇ ਅਤੇ ਉੱਠ ਗਿਆ ਸਵੇਰ ਦੇ ਵੱਜਦੇ ਆ 5:30 ਅਤੇ ਬਾਕੀ ਅੱਜ ਆ ਬਾਜੀ ਅਤੇ ਇਹਨਾਂ ਨੂੰ ਮੈਂ ਕਿਹਾ ਪਾ ਦਈਏ ਦਾਣੇ ਵਿੱਚ ਹੀ ਅਤੇ ਵਲੌਗ ਆਪਣਾ ਲੇਟ ਬਹੁਤ ਜ਼ਿਆਦਾ ਹੋ ਗਿਆ। ਬਣੇ ਹੈਗੇ ਵਲੌਗ, ਬਸ ਪਾ ਨਹੀਂ ਹੋਏ ਆ, ਨੈੱਟ ਨਹੀਂ ਚੱਲਦਾ ਵਧੀਆ ਅਤੇ ਕਬੂਤਰ ਹੁਣ ਬਸ ਆਪਣੇ ਕੋਲ ਆਪਣੇ ਹੀ ਹੈਗੇ ਆ। ਬਾਕੀ ਦੇ ਦਿੱਤੇ ਸੀ ਆਪਾਂ ਮੁੰਡੇ ਨੂੰ ਜਿਹਦੇ ਸੀਗੇ, ਬੱਚਾ ਵੀ ਹੋ ਗਿਆ ਬੜਾ, ਉਹ ਬੈਠਾ ਸਾਹਮਣੇ। ਚਲੋ ਇਹਨਾਂ ਨੂੰ ਪਾ ਦਿੰਦੇ ਆ ਦਾਣੇ ਅਤੇ ਮਿਲਦੇ ਆ ਫਿਰ ਤੁਹਾਨੂੰ। ਆਓ ਜੀ, ਪਾਤੇ ਇਹਨਾਂ ਨੂੰ ਦਾਣੇ, ਪਾਣੀ ਵੀ ਰੱਖਤਾ ਵਿੱਚ ਅਤੇ ਹੁਣ ਚੱਲਦੇ ਆ ਆਪਾਂ ਬਾਜੀ 'ਤੇ। ਚਲੋ ਪਹਿਲਾਂ ਚੱਲਦੇ ਆ ਭਾਈ ਦੇ ਘਰੇ, ਫਿਰ ਤੋਂ ਬਾਅਦ ਜਾਵਾਂਗੇ ਬਾਜੀ 'ਤੇ ਅਤੇ ਬਣੇ ਰਹੇ ਹੋ ਵਲੌਗ ਦੇ ਨਾਲ ਅਤੇ ਦਿਖਾਲਦੇ ਆ ਤੁਹਾਨੂੰ ਅੱਗੇ ਅੱਗੇ ਕੀ ਬਣਦਾ। ਚਲੋ ਚੱਲਦੇ ਆ, ਮਿਲਦੇ ਆ ਫਿਰ ਤੁਹਾਨੂੰ। ਲਓ ਜੀ ਤੁਰ ਪਏ ਆ ਬਾਜੀ 'ਤੇ ਅਤੇ ਆ ਗਏ ਸੀ ਆਪਾਂ ਘਰੋ। ਚਲੋ ਚੱਲਦੇ ਆ, ਬਾਕੀ ਭਾਈ ਹੋਣੀ ਮੋਹਰੇ ਮੋਹਰੇ ਆ, ਮਿਲਦੇ ਆ ਫਿਰ ਤੁਹਾਨੂੰ ਬਾਜੀ 'ਤੇ ਜਾ ਕੇ। ਚਲੋ ਪਹੁੰਚ ਗਏ ਸੀ ਬਾਜੀ 'ਚ ਅਤੇ ਬਾਕੀ ਕਾਫੀ ਬੰਦੇ ਆਏ ਵਾ, ਰੰਗ ਰੁੰਗ ਲਿਖਾਉਂਦੇ ਪਏ ਆ। ਮਿਲਦੇ ਆ ਫਿਰ ਤੁਹਾਨੂੰ, ਕਬੂਤਰ ਆਵਾਜ਼ ਸਾਡੇ ਆ ਚੁੱਕੇ ਨੇ। ਜੀ ਦੇ ਦਿੱਤਾ ਕਬੂਤਰੀ ਨੂੰ ਪਾਣੀ, ਕਬੂਤਰ ਲਾਪੇ ਅੜਾਣ। ਚਾਰ ਉੜੇ ਨਾ ਜੀ, ਪੰਜ ਪੰਜ ਕੋਈ ਸਿੱਧਾ ਹੋ ਗਿਆ, ਬੰਦੇ ਨਹੀਂ ਹਿਲਦੇ। ਉਹ ਤਾਂ ਤੂੰ ਤੁਸੀਂ ਮੰਨ, ਪਰ ਉਹਦਾ ਕਬੂਤਰ ਕੱਟਿਆ ਤਦੇ ਰੁਕੇ, ਉਹਦਾ ਉਹਦੇ ਉਹਦਾ ਪਿੰਡ ਸੀ, ਸਾਡਾ ਨਹੀਂ ਚੱਲ ਰਹੇ। ਲੈ ਤੁੱਕੀ ਹੋ, ਲਾ ਦੋ ਹਾਂ ਭਾਈ ਬੇਟੇ ਮੈਂ ਜਾਓ। ਹੈਲੋ ਜੀ, ਰਾਤ ਆ ਕਬੂਤਰ ਓੜਦੀ ਆਪਣੀ ਕਬੂਤਰੀ। ਕਹਿੰਦੇ
ਚਲੋ ਮਿਲਦੇ ਆ ਫਿਰ ਤੁਹਾਨੂੰ ਦੱਸਦੇ ਆ। ਉਹ ਜੀ ਚੈੱਕ ਕਰੋ ਕਬੂਤਰ ਹੋ ਗਏ ਆਪਣੇ ਵਾਲੀ ਕਿੱਥੇ ਆ ਦੇਖ ਉੜਦੀ ਆਪਣੇ ਵਾਲੀ ਇਕੱਲੀ ਉੜਦੀ ਉਹ ਮਣੀ ਹੋ ਜਲਾ ਉੜਦਾ ਜੀ ਉੜਦੀ ਇਕੱਲੀ ਉਹਦਾ ਬਣਾ ਦੇ ਯਾਰ ਸਾਡੇ ਬੰਦੇ ਉਹਨੂੰ ਬਹੁਤ ਸ਼ੌਂਕ ਆ ਯੂਟਿਊਬ ਤੇ ਵਾਇਰਲ ਹੋਣ ਦਾ ਉਹ ਲਾਲ ਪਾਣੀ ਅੱਛਾ ਗੂਗਲ ਚੁੰਗਲਾ ਮਾਰਦਾ ਨਾ ਰਾਤ ਨੂੰ ਤੇਰੀਆਂ ਭਰਾਵਾ ਅਸੀਂ ਵੀ ਦੇਖੀ ਦੀਆਂ ਵੀਡੀਓ ਸੀਗਾ ਸੋਨੀ ਭਾਈ ਦਾ ਮਿੱਤਰ ਵਾ ਇਹਨੂੰ ਸਬਸਕ੍ਰਾਈਬ ਕਰ ਲਈ ਯਾਰ ਮੈਂ ਇਹੀ ਆ ਬਈ ਹੋਰ ਵੀ ਬੰਦਿਆਂ ਨੂੰ ਵੀ ਆਈ ਆ ਓ ਜੀ ਆੜ ਦੀ ਕਬੂਤਰੀ ਓ ਪਿਛਲੇ ਪਾਸੇ ਚਲ ਗਈ ਮੰਗੇ ਮੇਰੇ ਵਾਲੀ ਚਾਬੀ ਦੇ ਦੇ ਆੜ ਦੀ ਇੱਥੇ ਭਾਈ ਹੁਣ ਨਾਲੇ ਰਹੀ ਠੀਕ ਆ ਜੇ ਕੋਈ ਟੱਕਰ ਟੱਕਰ ਪਿਆ ਭਾਈ ਹੁਣ ਦੱਸ ਦੇ ਚੱਲਿਓ ਮੈਂ ਦੋ ਕੁ ਬੱਸ ਘੰਟਾ ਲੱਗਦਾ ਵੀ ਕੀ ਸਲਾਹ ਹੀ ਦੀ ਹਾਂ ਆੜ ਦੀ ਆਪਣੀ ਨਹੀਂ ਕਬੂਤਰੀ ਕੋਈ ਸ਼ੱਕ ਨਹੀਂ ਉੜਦੀ 9:40 ਹੋ ਗਏ ਆ ਮੂਹਰੇ ਗਏ ਨੀਲਾ ਪੱਲਾ ਤੇ ਫਿਰੋਜੀ ਪੱਲਾ ਕੀ ਕਹਿਣਾ ਚਾਹੂੰਗਾ ਮੈਂ ਉੱਤਰ ਦਿਖਾ ਕਿੱਥੇ ਉੜਦੇ ਆ ਜਗਵੀਰ ਸਿੰਘ ਤੂੰ ਬਲੌਗ ਨੀ ਪਾਇਆ ਲਓ ਜੀ ਖੜੀ ਆ ਜੀ ਸਾਹਮਣੇ ਕਬੂਤਰੀ ਉੜਦੀ ਆਪਣੀ ਟਾਈਮ 10:30 ਹੋ ਗਏ ਇਕੱਲੀ ਖੜੀ ਜਹਾਜ ਬਣਦੀ ਭਾਜੀ ਉੜਦੀ ਜੀ ਕਬੂਤਰੀ ਆਪਣੇ 11 ਵੱਜ ਗਏ ਆ ਸਮਝ ਉੜਦੀ ਨਾਲ
ਆਪਾਂ ਵੀ ਆਏ ਚੱਲੀਏ ਚੱਲੀਏ ਚੱਲਦੇ ਹੁਣ ਥੱਲੇ ਕਬੂਤਰੀ ਚੈੱਕ ਕਰਾਣੀ ਸੀ ਆਪਾਂ ਕਰਾਤੀ ਆ ਕਬੂਤਰੀ ਹੋ ਗਈ ਆਪਣੀ ਕੱਟ ਟਾਈਮ ਡੇਢ ਵੱਜ ਗਿਆ ਤੇ ਚੱਲਿਆ ਹੁਣ ਆਪਾਂ ਖੇਤਾਂ ਹੀ ਆਵਾਂਗੇ ਹੁਣ ਤਾਂ ਠੰਡੀ ਸ਼ਾਵਰ ਚੱਲਦਾ ਆ ਟੈਂਕੀ ਭਰੀ ਆ ਉੱਪਰ ਪਾਣੀ ਦੇ ਥੱਲੇ ਆਇਆ ਤੇ ਮਿਲਦੇ ਆ ਫਿਰ ਤੁਹਾਨੂੰ ਘਰੇ ਜਾ ਕੇ ਚਲੋ ਦੋਨੇ ਹੀ ਆ ਭਾਜੀ ਦੀ ਇੱਕ ਡਾਕਟਰ ਭਾਜੀ ਦੀ ਆ ਬਾਕੀ ਇੱਕ ਆਪਣੀ ਆ ਤੇ ਮਿਲਦੇ ਆ ਜੀ ਤੁਹਾਨੂੰ ਫਿਰ ਚਲੋ ਘਰੇ ਜਾ ਕੇ ਮੋਟਰਸਾਈਕਲ ਚੱਕ ਲਿਆਈਏ ਆਓ ਜੀ ਆਇਆ ਜੀ ਵੀਡੀਓ ਦਾ ਅਗਲੇ ਦਿਨ ਅਤੇ ਆ ਗਏ ਸੀਗੇ ਆਪਾਂ ਕੱਲ੍ਹ ਘਰੇ ਬਾਈ ਤੋਂ ਅਤੇ ਫਿਰ ਘਰੇ ਆ ਕੇ ਚੱਲ ਗਏ ਸੀਗੇ ਖੇਤਾਂ 'ਚ ਅਤੇ ਬਾਕੀ ਉੱਥੋਂ ਰਾਤ ਨੂੰ ਹੀ ਆਏ 10 ਵਜੇ ਅਤੇ ਚਲੋ ਅੜਾਉਂਦੇ ਆਪਣੇ ਕਬੂਤਰ ਹੁਣ ਆਏ ਸੀ ਕੋਠੇ 'ਤੇ ਅਤੇ ਇਹਨਾਂ ਨੂੰ ਅੜਾਉਂਦੇ ਅੱਜ ਕੱਲ੍ਹ ਦੇ ਪਾਏ ਵਾ ਇਹਨਾਂ ਨੂੰ ਦਾਣੇ ਸਵੇਰ ਦੇ ਹੀ ਅਤੇ ਹੁਣ ਪਾਣੀ ਦੇ ਕੇ ਫਿਰ ਅੜਾਉਂਦੇ ਆ ਚਲੋ ਮਿਲਦੇ ਆ ਫਿਰ ਬਾਹਰ ਕੱਢ ਲਈ ਅੜਾਉਣ ਵਾਲੇ ਫਿਰ ਦਿਖਾ ਦਿੰਦੇ ਤੁਹਾਨੂੰ ਲਓ ਜੀ ਆਹ ਕਬੂਤਰ ਅੜਾਉਣ ਲੱਗੇ ਪਾਣੀ ਦੇ ਦਿੱਤਾ ਇਹਨੂੰ ਸਵੇਰ ਦਾ ਟਾਈਮ ਹੈ 6:45 6:45 ਅਤੇ ਕਬੂਤਰ ਅੜਾਤੀ ਆ ਅਤੇ ਆਪਾਂ ਦੂਜੀ ਵੀ ਕਬੂਤਰ ਅੜਾਈਏ ਜੀ ਦੂਜੇ ਨੰਬਰ 'ਤੇ ਆ ਕਬੂਤਰ ਅੜਾਉਣ ਲੱਗੇ ਟੌਂਗੀ ਭਾਜੀ ਕੋਲੋਂ ਜਿਹੜੀ ਲਿਆਂਦੀ ਸੀ ਇਹਦੇ ਅੰਦਰ ਦਾਣੇ ਹੈਗੇ ਸੀਗੇ ਥੋੜ੍ਹੇ ਜਿਹੇ ਪਰ ਆਪਾਂ ਕੋਈ ਨਾ ਅੜਾ ਦਿੰਦੇ ਆ ਜੀ ਅੜਾ ਤੇ ਆ ਦੋਨੇ ਕਬੂਤਰੀਆਂ ਅਤੇ ਬਾਕੀ ਬਾਅਦ 'ਚੋਂ ਅੜਾਵਾਂਗੇ ਦੋ ਤਿੰਨ ਹੋਰ ਜਿਹੜੇ ਅੜਾਉਣੇ ਵਾਲੇ ਆ ਉਹ ਬਾਅਦ 'ਚ ਅੜਾਵਾਂਗੇ ਇਹਨਾਂ ਨੂੰ ਅੜਾਉਂਦੇ ਆ ਪਹਿਲਾਂ 8 ਵਜੇ ਤੱਕ ਦੇਖਦੇ ਆ ਚਲੋ ਮਿਲਦੇ ਆ ਫਿਰ ਤੁਹਾਨੂੰ ਦੱਸਦੇ ਆ ਉਹ ਜੀ ਮਿੱਤਰੋ 8:20 ਹੋ ਗਏ ਆ ਅਤੇ ਆ ਗਏ ਸੀ ਆਪਾਂ ਕੋਠੇ ਅਤੇ ਬਾਕੀ ਉੜਦੀਆਂ ਦੋਨੇ ਕਬੂਤਰੀਆਂ ਆ ਉੜਦੇ ਆ ਨੀਵੇਂ ਨੀਵੇਂ ਹੀ ਉੜਦੇ ਆ ਦੇਖਦੇ ਆ ਫਿਰ ਅੱਜ ਇਹ ਕਿੰਨੇ ਵਜੇ ਬਹਿੰਦੇ ਆ ਅਤੇ ਦੱਸਦੇ ਆ ਤੁਹਾਨੂੰ ਵੀ ਬਣੇ ਰਹੇ ਵਲੌਗ ਦੇ ਨਾਲ ਮਿਲਦੇ ਆ ਫਿਰ ਚਲੋ ਜੀ 8:30 ਹੋ ਗਏ ਆ ਅਤੇ ਕਬੂਤਰ ਆਪਣੇ ਉੜਦੇ ਪਏ ਆ ਕਿੱਧਰ ਗਏ ਆ ਉੜਦੀ ਇੱਕ ਕਬੂਤਰੀ ਅਤੇ ਹੋਰ ਹੋਰ ਇੱਕ ਆ ਉੜਦੀ ਆ ਗੁਲਾਬੀ ਪੱਲੇ ਵਾਲੀ ਅਤੇ ਇੱਕ ਕਬੂਤਰ ਨਵਾਂ ਆਇਆ ਸੀਗਾ ਉਹ ਪਤਾ ਨਹੀਂ ਕਿੱਧਰ ਨੂੰ ਚਲ ਗਿਆ ਅਤੇ ਚਲੋ ਹੋਰ ਅੜਾਉਂਦੇ ਆ ਇਹਨਾਂ ਦੇ ਨਾਲ ਮਿਲਦੇ ਆ ਫਿਰ ਕੱਢਦੇ ਇਹਨਾਂ ਨੂੰ ਬਾਹਰ ਇਹ ਵੀ ਲਾ ਲੈਣ ਚਾੜਕ ਗੇੜੀਆਂ ਇੱਕ ਆਹ ਅੜਾਉਂਦੇ ਆਪਣਾ ਗੁਲਾਬੀ ਰੰਗ ਵਾਲਾ ਬੱਚਾ ਅਤੇ ਇੱਕ ਕਬੂਤਰ ਬਿੱਲਾ ਦੋ ਹੀ ਅੜਾਉਣ ਵਾਲੇ ਤਾਂ ਹੋਰ
ਲਓ ਜੀ ਅੜਾਤੇ ਆ ਦੋਏ, ਕਿਹਾ ਵੀ ਨਿਕਲ ਗਿਆ ਬੱਚਾ, ਇਹਨੂੰ ਦੇਖ ਲਿਆ ਅੜਾ ਕੇ ਜੇ ਉੱਡਦਾ ਤਾਂ, ਇਹ ਨਹੀਂ ਉੱਡਦਾ ਹਲੇ ਛੋਟਾ, ਬਾਕੀ ਪਤਾ ਨਹੀਂ ਉੱਡ ਵੀ ਸਕਦਾ ਉੱਡ ਗਿਆ ਉੱਡ ਗਿਆ। ਲਓ ਜੀ ਬੱਚਾ ਵੀ ਉੱਡ ਗਿਆ, ਪਰ ਨੀਵਾਂ ਨੀਵਾਂ ਬਹੁਤ ਉੱਡਦਾ, ਪਹਿਲੀ ਵਾਰੀ ਉੜਿਆ, ਚੜੂਗਾ ਆ ਚੜ ਗਿਆ ਉੱਪਰ। ਪੰਜੇ ਹੀ ਉੱਡਦੇ, ਮਾਰੇ ਬੱਚੇ ਨੇ ਟਾਪੇ। ਲੱਗ ਗਿਆ ਨਾਲ ਉੱਚਾ ਕਬੂਤਰਾਂ ਦੇ, ਚਲੋ ਮਿਲਦੇ ਹਾਂ ਫਿਰ ਤੁਹਾਨੂੰ ਦੱਸਦੇ ਹਾਂ ਕੀ ਬਣਿਆ। ਹੁਣ ਕੋ ਕਿੱਥੇ ਜਾ ਕੇ ਉੱਡਦੇ ਦੋਏ ਬੱਚੇ, ਨਵਾਂ ਵੀ ਨਾਲ ਹੀ ਆ ਅਤੇ ਪੁਰਾਣਾ ਜਿਹੜਾ ਗੁਲਾਬੀ ਰੰਗ ਵਾਲਾ ਬੱਚਾ ਉਹ ਵੀ ਨਾਲ ਹੀ ਆ, ਉਹ ਉੱਡਦੇ ਪਰੇ ਜਾ ਕੇ। ਅਤੇ ਬਾਕੀ ਆ ਤਿੰਨੇ ਕੋਠੇ 'ਤੇ ਉੱਡਦੇ ਆ, ਆ ਗਏ ਕੋਠੇ 'ਤੇ। ਲਓ ਜੀ ਚਾਰ ਰਹਿ ਗਏ ਆ, ਆਪਣਾ ਬੱਚਾ ਗਾਇਬ ਹੋ ਗਿਆ ਆ, ਨਵਾਂ ਜਿਹੜਾ ਅੜਾਇਆ ਉਹ ਮੇਰੇ ਹਿਸਾਬ ਨਾਲ ਉਹ ਚਲ ਗਿਆ ਪਰੇ, ਕਬੂਤਰ ਉੱਡਦੇ ਉੱਧਰ ਨੂੰ ਨਿਕਲ ਗਿਆ, ਬਾਕੀ ਚਾਰ ਤਾਂ ਕੋਠੇ 'ਤੇ ਉੱਡਦੇ ਆ। ਬੱਚੇ ਦਾ ਨਹੀਂ ਪਤਾ ਲੱਗਿਆ ਕਿੱਧਰ ਨੂੰ ਚਲ ਗਿਆ, ਚਾਰ ਹੀ ਉੱਡਦੇ ਆ। ਚਲੋ ਕੋਈ ਗੱਲ ਨਹੀਂ ਦੱਸਦੇ ਆ ਤੁਹਾਨੂੰ ਜੇ ਆਇਆ ਤਾਂ। ਇੱਥੇ ਚੈੱਕ ਕਰੋ ਇੱਥੇ ਉੱਡਦੇ ਕਬੂਤਰ, ਆ ਦਰਖਤ ਦੇ ਪਿੱਛੇ ਆ, ਕਿੱਧਰ ਗਏ ਕੈਮਰੇ 'ਚ ਦਿਖਦੇ ਨੇ,
ਗਏ ਆਪਣੇ ਪਿਆਰੇ। ਚਲੋ ਦੱਸਦੇ ਆ ਜੇ ਆਇਆ ਬੱਚਾ ਤਾਂ। ਆਹ ਚੈੱਕ ਕਰੋ ਆਵੜਦੇ ਕਬੂਤਰ, ਇੱਕ ਕਾਲਾ ਹੀ ਆ ਇੱਕ ਚਿੱਟਾ ਆ। ਇੱਧਰ ਨੂੰ ਚਲ ਗਿਆ ਆਪਣਾ ਬੱਚਾ। ਲਓ ਜੀ 9:10 ਹੋ ਗਏ ਅਤੇ ਆ ਗਏ ਆ ਕਬੂਤਰ ਨੀਵੇਂ, ਅਤੇ ਬੱਚਾ ਤਾਂ ਆਪਣਾ ਆਇਆ ਨਹੀਂ, ਉਹ ਦੇ ਗਿਆ ਧੋਖਾ ਨੱਠ ਗਿਆ। ਚਲੋ ਖੋਲ ਲਿਆ ਕਬੂਤਰਾਂ ਨੂੰ, ਇਹਨਾਂ ਨੂੰ ਲਾ ਲਏ ਆ। ਆਇਓ ਨਿਕਲ ਜੋ, ਆਇਓ ਆ ਆ। ਲਓ ਜੀ ਪਹਿਲੇ ਨੰਬਰ 'ਤੇ ਬਿੱਲਾ, ਦੂਜੇ ਨੰਬਰ 'ਤੇ ਗੁਲਾਬੀ ਰੰਗ ਵਾਲਾ ਬੱਚਾ, ਦੋ ਆਪਣੇ ਉੱਡਦੇ ਆ ਜਿਹੜੇ ਸਾਰਿਆਂ ਨਾਲੋਂ ਪਹਿਲਾਂ ਉੜਾਏ ਸੀਗੇ 6:45 'ਤੇ। ਇਹ ਵੀ ਫਰ ਆ ਗਏ ਬੱਚੇ ਦੇ, ਚੂਚਾ ਲੱਗਦਾ, ਇਹ ਤਾਂ ਮੁਰਗੀ ਦਾ ਬੱਚਾ ਲੱਗਦਾ। ਲਾਲ ਬੱਚੇ ਨੂੰ ਵੀ ਕੱਢੀਏ ਬਾਹਰ, ਉਹ ਆ ਜਾ ਉਹ ਇੱਕ ਵੀ ਬਾਹਰ ਘੁੰਮਲਾ, ਬਹੁਤ ਤੇਜ਼ ਹੈ ਇਹ, ਉਹ ਤਾਂ ਬਹੁਤ ਤੇਜ਼ ਆ, ਛੋਟਾ ਜਿਹਾ ਹੀ ਆ, ਕਬੂਤਰ ਵਰਗਾ ਹੀ ਬਣਿਆ ਸੇਮ ਆ ਕਬੂਤਰ ਆ ਬੱਚਾ ਦਾ। ਉੜਦੇ ਦੋਏ ਆਪਣਾ, ਉਹ ਬੱਚਾ ਤਾਂ ਆਇਆ ਹੀ ਨਹੀਂ, ਪਤਾ ਨਹੀਂ ਕਿੱਧਰ ਨੂੰ ਚਲ ਗਿਆ, ਇੱਧਰ ਨੂੰ ਨਿਕਲ ਗਿਆ। ਕਾਲੇ ਉੜ ਗਏ, ਆ ਗਈ ਕਬੂਤਰੀ ਵੀ ਚੀਨੀ। ਟੌਂਗੀ ਉੜਦੀ ਆ ਭਾਈ ਵਾਲੀ ਕਬੂਤਰੀ, ਆਇਓ ਮਿਲਦੇ ਆ ਜੀ ਫਿਰ ਇਹਨਾਂ ਨੂੰ ਦਾਣੇ ਦੂਣੇ ਪਾ ਕੇ। ਲਓ ਜੀ ਬੱਚਾ ਵੀ ਆ ਗਿਆ, ਹੁਣ ਇਹ ਬੈਠਾ ਹੀ ਆ, ਉੜਦਾ ਆਇਆ ਕਿਤੋਂ, ਮੂੰਹ ਉੱਡਿਆ ਆ। ਪਤਾ ਨਹੀਂ ਕਿੱਧਰੋਂ ਆਇਆ, ਕਬੂਤਰੀ ਦੇ ਨਾਲ ਹੀ ਉੜਦਾ ਸੀ, ਆ ਕੇ ਨਾਲ ਹੀ ਬਹਿ ਗਿਆ। ਕਬੂਤਰੀ ਤਾਂ ਉੜਦੀ ਆਪਣੀ ਵਾਲੇ, ਮੈਂ ਤਾਂ ਕਿਹਾ ਨੱਠ ਗਿਆ ਹੁਣ ਨਹੀਂ ਆਉਂਦਾ, ਆ ਗਿਆ। ਆ ਗਈ ਕਬੂਤਰੀ ਵੀ,
ਗਏ ਸੀ ਆਪਾਂ ਭਾਜੀ ਕੋਲ, ਅਤੇ ਹੁਣ ਆਏ ਹੈਗੇ ਆਪਾਂ ਟਾਇਰ ਚੇਂਜ ਕਰਾਉਣ। ਆਹ ਟਾਇਰ ਪਾਉਣ ਆਏ ਆ ਟਰੈਕਟਰ ਨੂੰ। ਇੰਨਾ ਕੱਦੂ ਸੌਖੇ ਹੋ ਜਾਂਦੇ ਆ ਅਤੇ ਚੌੜੇ ਟਾਇਰਾਂ ਨਾਲ ਥੋੜ੍ਹਾ ਜਿਹਾ ਔਖਾ ਹੁੰਦਾ ਆ। ਇਹ ਖਿਲਾ ਕੇ ਆਹ ਪਾਉਂਦੇ ਆ। ਇਹ ਦੇਖੋ ਟਰੈਕਟਰ ਦਾ ਲੁੱਕ, ਜਮ੍ਹਾਂ ਹੀ ਬੇਕਾਰ ਹੋ ਜਾਣਾ ਆ ਥੋੜ੍ਹੇ ਦਿਨਾਂ ਲਈ। ਇੰਨਾ ਕੱਦੂ ਵਧੀਆ ਕਰ ਹੋ ਜਾਂਦਾ ਤਾਂ ਕਰਕੇ ਇਹ ਟਾਇਰ ਪਾਉਣਾ ਆ। ਅਤੇ ਮਿਲਦੇ ਆ ਫਿਰ ਤੁਹਾਨੂੰ ਟਾਇਰ ਟੂਰ ਪਵਾ ਕੇ। ਇਹ ਕਿੱਦਾਂ ਲੱਗੂਗਾ ਟਾਇਰ ਪਵਾ ਕੇ ਜਲੂਸ? ਕਰੋ ਚੈੱਕ ਲੁੱਕ, ਕਢਾ ਲਿਆ ਜਲੂਸ ਕਹਿੰਦੇ। ਜੱਚਦਾ ਹੁਣ ਉਹ ਆ ਨਹੀਂ ਪੈਣੇ ਆ, ਉਹ ਆ ਜਾ ਥੋੜਾ ਨਾ ਪਿੱਛੇ ਪੈਣੇ ਆ, ਇੱਕ ਪੈਣਾ। ਉਹ ਦੋਏ ਜ਼ੋਰ ਲਾਉਣ ਲੱਗਿਆ ਆ, ਇੰਨੇ ਚੌੜੇ ਬਹਿ ਜੂਗੇ। ਹਿੱਲ ਬਈ ਹਿੱਲ, ਜ਼ੋਰ ਲਾਉਣ ਲੱਗੇ ਦੋਨੇ ਹੀ, ਦੋਨੇ ਜ਼ੋਰ ਲਾਉਣ ਲੱਗੇ। ਬਹਿ ਤਾਂ ਅਸੀਂ ਕਵੇ ਕੀ ਕਰੀ ਜਾਂਦੇ ਆ, ਅਸੀਂ ਵੇਚਣੇ ਆ ਟਾਇਰ। ਦੱਸਿਓ ਜੇ ਕਿਸੇ ਨੇ ਲੈਣੇ ਹੋਏ ਤਾਂ ਕਮੈਂਟ ਕਰਕੇ। ਭਾਈ ਕਹਿੰਦਾ ਵੇਚਦੇ ਨੇ ਨਵੇਂ ਪਵਾਉਣੇ ਹੁਣ ਕੱਦੂ ਤੋਂ ਬਾਅਦ। ਖੜ ਗਿਆ ਪਾਏ ਇੱਧਰ ਸਾਡੀ ਗੁੱਲੀ। ਚਲੋ ਭਾਈ ਮਿਲਦੇ ਹਾਂ ਫਿਰ ਤੁਹਾਨੂੰ। ਓ ਜੀ ਉਹ ਇਹ ਕੀ ਹੋ ਗਿਆ, ਇਹ ਤਾਂ ਬੱਚਾ ਹੀ ਆ ਲੱਗਦਾ। ਕੋਈ ਨਾ ਹੁਣ ਇਹ ਤਾਂ ਚੌੜੇ ਪਵਾਵਾਂਗੇ ਬਾਅਦ ਚੋ। ਚਲੋ ਜੀ ਮਿਲਦੇ ਹਾਂ ਤੁਹਾਨੂੰ ਸ਼ਾਮ ਨੂੰ।